ਹਾਂਜੀ ਸਤਿ ਸ੍ਰੀ ਅਕਾਲ ਜੀ ਜਿਹੜੇ ਸਟੂਡੈਂਟਸ ਨੇ ਫਾਇਰਮੈਨ ਪੰਜਾਬ ਭਰਤੀ ਦਾ ਪੇਪਰ ਦਿੱਤਾ ਆਨਲਾਈਨ ਹੀ ਇਨਫਾਰਮੇਸ਼ਨ ਆ ਵੀ ਤੁਹਾਡਾ ਜਿਹੜਾ ਫਾਇਰਮੈਨ ਭਰਤੀ ਦੀ ਅਨਸਰ ਕੀ ਆਫੀਸ਼ੀਅਲ ਆ ਚੁੱਕੀ ਹੈ ਤੁਸੀਂ ਉਹਨੂੰ ਆਪਣੀ ਲਿੰਕ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਆਪਣੀ OMR ਸ਼ੀਟ ਨਾਲ ਮੈਚ ਕਰਕੇ ਦੇਖ ਸਕਦੇ ਹੋ ਤੁਹਾਡੇ ਕਿੰਨੇ ਨੰਬਰ ਬਣਦੇ ਨੇ ਨਾਲ ਦੀ ਨਾਲ ਜਿਹੜੇ ਕੁਐਸਚਨਸ ਤੇ ਤੁਹਾਨੂੰ ਡਾਊਟ ਆ ਵੀ ਇਹ ਕੁਐਸਚਨ ਸਾਡਾ ਸਹੀ ਹੈ ਤੇ ਗਲਤ ਕੀਤਾ ਹੋਇਆ ਆਨਸਰ ਕੀ ਦੇ ਵਿੱਚ ਤੁਸੀਂ ਉਹਨਾਂ ਦੇ ਓਬਜੈਕਸ਼ਨ ਵੀ ਲਗਾ ਸਕਦੇ ਹੋ ਓਬਜੈਕਸ਼ਨ ਲਗਾਉਣ ਦੇ 48 ਘੰਟੇ ਹੁੰਦੇ ਨੇ ਰਿਜ਼ਲਟ ਤੋਂ ਬਾਅਦ ਜੇ ਨਹੀਂ ਬੱਚਿਆਂ ਨੂੰ ਪਤਾ ਜਿਵੇਂ ਹੁਣ ਅਦਲਾਨਸਰ ਕੀ ਆਈ ਆਨਸਰ ਕੀ ਦੇ ਵਿਥਿਨ 48 ਆਵਰਸ ਤੁਸੀਂ ਓਬਜੈਕਸ਼ਨਸ ਲਗਾਉਣੀਆਂ ਹੁੰਦੀਆਂ ਨੇ ਉਹ ਕਿਵੇਂ ਲਗਾਉਣੀਆਂ ਨੇ ਉਹਦਾ ਜਿਹੜਾ ਓਬਜੈਕਸ਼ਨਸ ਦਾ ਜਿਹੜਾ ਫਾਰਮ ਹੈ ਉਹ ਮੈਂ ਡਿਸਕ੍ਰਿਪਸ਼ਨ ਚ ਪਾ ਦਿੰਨਾ ਉਹ ਫਾਰਮ ਤੋਂ ਤੁਸੀਂ ਪੂਰਾ ਪ੍ਰੋਸੀਜਰ ਦੇਖ ਕੇ ਉਦਾਂ ਹੀ ਤੁਸੀਂ ਅਬਜੈਕਸ਼ਨਸ ਫਿਲ ਕਰ ਦੇਣੀਆਂ ਨੇ ਇੱਕ ਇੱਕ ਨੰਬਰ ਕੀਮਤੀ ਹੁੰਦਾ ਜੇ ਤੁਹਾਨੂੰ ਇੱਕ ਨੰਬਰ ਦਾ ਵੀ ਡਾਊਟ ਆ ਤਾਂ ਜਰੂਰ ਆਪਣਾ ਅਬਜੈਕਸ਼ਨ ਫਾਰਮ ਫਿਲ ਕਰਿਓ ਜੋ ਵੀ ਉਹਦੀ ਫੀਸ 50 ਰੁਪਏ ਸੀਗੀ ਪੰਜਾਬ ਪੁਲਿਸ ਕਨਸਟੇਬਲ ਦੀ ਤਾਂ ਹੁਣ ਦੇਖ ਲਿਓ ਕਿੰਨੀ ਆ ਤਾਂ ਉਸ ਹਸਾਬ ਨਾਲ ਫਿਲ ਕਰ ਦਿਓ ਧੰਨਵਾਦ